ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਆਪਣੀ ਇਸ ਨਵੇਂ ਵੀਡੀਓ 'ਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਤੁਹਾਨੂੰ ਪਤਾ ਹੀ ਹੈ ਜੀ ਮੈਂ ਤੁਹਾਨੂੰ ਹਰ ਰੋਜ਼ ਕਹਿਣਾ ਹੁੰਦਾ ਵੀ ਕਮੈਂਟ ਕਰਿਆ ਕਰੋ ਤੁਹਾਨੂੰ ਕਿਹੜੇ ਏਰੀਆ 'ਚੋਂ ਕਿਹੜੀ ਗੱਡੀ ਚਾਹੀਦੀ ਹੈ ਤੇ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਮੈਂ ਗੱਡੀਆਂ ਲੈ ਕੇ ਪਹੁੰਚਦਾ ਹਾਂ ਤੁਹਾਡੇ ਪਸੰਦ ਦੀਆਂ ਤੁਹਾਡੇ ਰੇਟ 'ਚ ਤੇ ਗੱਲ ਆਪਾਂ ਕਰਦੇ ਹਾਂ ਜੀ ਅੱਗੇ ਪੂਰੀ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲ ਕੋਠੀ ਘਰ ਮਕਾਨ ਕੋਈ ਗੱਡੀ ਆਪਣੇ ਕੋਲੇ ਭੇਜੋ ਫੋਟੋਆਂ ਜਾਣਕਾਰੀ ਤੇ ਵੀਡੀਓ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲੇ ਆ ਸੀ ਪਹਿਲੀ ਗੱਡੀ ਆਪਣੇ ਕੋਲੇ ਹੁੰਡਾਈ ਦੀ i10 ਮੈਗਨਾ પેટ્રોલ ਵੇਰੀਐਂਟ ਪਹੁੰਚੀ ਹੈ 2009 ਮਾਡਲ ਗੱਡੀ ਆ 85000 ਰੁਪਏ ਫਿਕਸ ਰੇਟ ਇਹਨਾਂ ਨੇ ਕਿਹਾਗਾ ਗੱਡੀ ਖੜੀਆ ਬਰਨਾਲੇ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਚ ਕੋਈ ਨੁਕਸ ਨਹੀਂ ਬਹੁਤ ਚੰਗੀ ਗੱਡੀ ਆ ਤੇ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਚਲਾਉਣ ਚ ਕੋਈ ਕਮੀ ਨਹੀਂ ਹੈਗੀ 2009 ਮਾਡਲ ਹੈ ਬਾਕੀ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਲਓ ਬਰਨਾਲੇ ਏਰੀਆ ਚ ਗੱਡੀ ਖੜੀ ਹੈ ਤੇ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਨੋਟ ਕਰ ਸਕਦੇ ਹੋ ਸੈਕੰਡ ਗੱਡੀ ਆਪਣੇ ਕੋਲੇ ਓਪਟਰਾ ਪਹੁੰਚੀ ਹੈ ਜੀ 2010 ਮਾਡਲ ਗੱਡੀ ਹੈ 1 25 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਜੀ ਹੱਲ ਲੁਧਿਆਣੇ ਏਰੀਆ ਚ 10 ਮਾਡਲ ਹੈ ਕੰਡੀਸ਼ਨ ਤੁਸੀਂ ਆਪੇ ਦੇਖ ਲਓ ਤੁਹਾਡੇ ਸਾਹਮਣੇ ਫੋਟੋਆਂ ਚੱਲ ਹੀ ਰਹੀਆਂ ਤੇ ਲੁਧਿਆਣੇ ਖੜੀ ਹੈ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 6570 ਪੈਸੇ ਟਾਇਰਾਂ ਦੀ ਕੰਡੀਸ਼ਨ ਉੱਪਰ ਮਿਲ ਜੂਗੀ ਟਾਇਰਾਂ ਦੇ ਵਿੱਚ ਆਲਾਈ ਲੱਗੀ ਹੋਈ ਨਹੀਂ ਗੱਡੀ 'ਚ ਕੋਈ ਕਮੀ ਨਹੀਂ ਨਾ ਕੋਈ ਨੁਕਸ ਹੈ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡਾ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਖੜੀ ਆ ਇੱਕ 25 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ-ਨੀਚੇ ਰੇਟ ਕਰ ਲਾਂਗੇ ਬਾਕੀ ਤੁਸੀਂ ਅੰਦਰੋਂ ਦੇਖ ਲਿਓ ਬਾਹਰੋਂ ਦੇਖ ਲਿਓ ਤੇ ਗੱਡੀ ਤੁਹਾਨੂੰ ਪਸੰਦ ਆਊਗੀ ਨੰਬਰ 98 882 ਤੇ 43566 ਇਸ ਨੰਬਰ ਤੇ ਗੱਲ ਕਰ ਲਿਓ ਤੇ ਤੀਸਰੀ ਗੱਡੀ ਆਪਣੇ ਕੋਲ ਸਵਿਪਟ ਪਹੁੰਚੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਨੂੰ ਮਿਲ ਜਾਣਗੀਆਂ ਗੱਡੀ ਦੇ ਟਾਇਰ ਬਹੁਤ ਚੰਗੇ ਆਪਨੂੰ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਕੁੱਲ 98000 ਚੱਲੀ ਹੋਈ ਆ ਤੇ 2015 ਮਾਡਲ ਗੱਡੀ ਆ ਤੇ ਗੱਡੀ 'ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਆ ਜੀ ਤੇ ਨਾਮ ਤੀਜਿਆ ਜੀ ਥਰਡ ਓਨਰ ਹੈ ਤਿੰਨ ਅੱਸੀ ਮਾਲਕ ਨੇ ਡਿਮਾਂਡ ਲਾ ਕੇ ਆਪਣੇ ਕੋਲੇ ਭੇਜੀ ਆ ਬਾਕੀ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਾਂਗੀ ਇੱਕ ਬਾਰੀ ਸਿਰਫ ਆਹ ਡਿਮਾਂਡ ਹੈਗੀ ਤੇ ਇਹਨਾਂ ਦਾ ਜਿਹੜਾ ਏਰੀਆ ਮੁੱਲਨਪੁਰ ਦਾਖਾਂ ਸੀ ਜਾ ਕੇ ਦੇਖਣੀ ਹੈ ਤੁਸੀਂ ਮੁੱਲਨਪੁਰ ਦਾਖਾਂ ਗੱਡੀ ਖੜੀ ਹੈ ਮਾਲਕ ਦੇ ਘਰ ਹੀ ਉਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਗੱਡੀ ਨੂੰ ਟ్రਾਈ ਲੈ ਲਿਓ ਤੇ ਸਟਾਰਟ ਕਰਕੇ ਦੇਖ ਲਓ ਇੰਜਨ ਗੇਅਰ ਚੈੱਕ ਕਰਕੇ ਤੇ ਪੂਰੀ ਆਪਦੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਸਾਰਾ ਕੁਝ ਦੇਖ ਕੇ ਕਾਗਜ਼ ਪੱਤਰ ਸਾਰਾ ਕੁਝ ਦੇਖ ਕੇ ਜੀ ਤੇ ਆਪਦੀ ਪੁੱਛ ਪੜਤਾਲ ਪੂਰੀ ਕਰਕੇ ਤੇ ਤੰਸੀ ਮਾਲਕ ਨੇ ਮੰਗ ਕੀਤੀ ਹੈ ਬਾਕੀ ਕਹਿੰਦੇ ਸੀ ਕਿ ਉੱਪਰ ਨੀਚੇ ਐਡ ਕਰ ਲਾਂਗੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 9855730045 ਬਾਕੀ ਆਪਣਾ ਵਟਸਐਪ ਨੰਬਰ ਵੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਮਾਲਕ ਦਾ ਜਿਹੜੀ ਗੱਡੀ ਆ ਉਹਨਾਂ ਦਾ ਨੰਬਰ ਤਾਂ ਤੁਹਾਨੂੰ ਮਿਲ ਗਿਆ ਆਪਣਾ ਨੰਬਰ ਹੈ 78140 38764 ਜੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਭੇਜੋ ਆਪਣੇ ਕੋਲੇ ਜਲਦੀ ਆਪਾਂ ਐਡ ਲਗਾ ਦਾਂਗੇ ਚਾਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਆ ਕੋਠੀਆ ਕਰ ਹੈ ਤੇ ਹੁਣ ਆਪਾਂ ਨਕਸ ਗੱਡੀ ਦੀ ਗੱਲ ਕਰਨ ਚੱਲੇ ਆ ਜੀ ਆਪਣੇ ਕੋਲੇ ion ਗੱਡੀ ਪਹੁੰਚੀ ਹੈ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 2012 ਮਾਡਲ ਗੱਡੀ ਹੈ ਕੁੱਲ 65000 ਚੱਲੀ ਹੋਈ ਹੈ 1 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਰੋਪੜ ਏਰੀਆ ਚ ਸੈਕੰਡ ਓਨਰ ਗੱਡੀ ਹੈ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਹੈ ਮਾਲਕ ਨੇ ਬਹੁਤ ਚੰਗੀ ਵਧੀਆ ਰੱਖੀ ਹੋਈ ਹੈ 160 ਮਾਲਕ ਨੇ ਮੰਗ ਕੀਤੀ ਹੈ ਬਾਕੀ ਕਹਿੰਦੇ ਸੀਗੇ ਉੱਪਰ نیچے ਰੇਟ ਕਰ ਲਵਾਂਗੇ ਇੱਕ ਵਾਰੀ ਡਿਮਾਂਡ ਹੈ 160 ਬਾਕੀ ਤੁਸੀਂ ਆਪੇ ਗੱਲ ਕਰ ਲਿਓ ਮਾਲਕ ਨਾਲ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦਾਂਗੇ ਸੈਕੰਡ ਓਨਰ ਗੱਡੀ ਆ ਤੇ ਕਿਸੇ ਨੂੰ ਪਸੰਦ ਆਈਏ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ हूं ਕਿਵੇਂ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜਮਾ ਨਵੀਂ ਗੱਡੀ ਆ ਜੀ ਕੁੱਲ 65000 ਚੱਲੀ ਹੋਈ ਹੈ ਜੈਨੂਮ ਚੱਲੀ ਹੋਈ ਹੈ ਤੇ ਰੰਗ ਗੱਡੀ ਦਾ ਜੈਨੂਮ ਹੈ ਕੋਈ ਕਿਸੇ ਪਾਸੋਂ ਨੁਕਸ ਨਹੀਂ ਤੇ ਜਿੰਨਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਆ ਉਹਨਾਂ ਦਾ ਨੰਬਰ 62 397 440 56 ਨੰਬਰ ਤੇ ਗੱਲ ਆਪੇ ਕਰ ਲਓ ਤੁਸੀਂ ਹੁਣ ਆਪਾਂ ਤੁਹਾਡੇ ਖਾਤਰ ਇੱਕ ਐਂਡਿਕਾ ਗੱਡੀ ਲੈ ਕੇ ਪਹੁੰਚੇ ਹਾਂ 2006 ਮਾਡਲ ਗੱਡੀਆਂ ਚ 2026 ਤੱਕ ਇਹਦੀ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਮਾਲਕ ਨੇ 68000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 68000 ਕਿਹਾ ਮਾਲਕ ਨੇ ਬਾਕੀ ਥੋੜਾ ਬੋਤਾ ਹੋਜੂ ਜਿਆਦਾ ਨਹੀਂ ਹੋਣਾ ਕਿਉਂਕਿ ਫਿਕਸ ਵਾਂਗੂ ਇਹਨਾਂ ਨੇ ਰੇਟ ਕਿਹਾਗਾ ਗੱਡੀ ਖੜੀ ਐ ਹੁਸ਼ਿਆਰਪੁਰ ਏਰੀਆ 'ਚ ਤੇ ਗੱਡੀ ਫਾਸਟ ਓਨਰ ਹੈ ਜੀ ਗੱਡੀ 'ਚ ਕੋਈ ਕਮੀ ਨਹੀਂ ਫਾਸਟ ਓਨਰ ਹੈ ਗੱਡੀ ਚੱਲੀ ਵੀ ਵਧੀਆ ਹੋਈ ਐ ਤੇ ਮਾਲਕ ਦੇ ਘਰੇ ਖੜੀ ਐ ਨਵੇਂ ਟਾਇਰਾਂ 'ਚ ਟਾਇਰ ਜਮਾ ਫਰੈਸ਼ ਮਾਲਕ ਨੇ ਪੁਵਾਏ ਹੋਏ ਐ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੇ ਫੋਟੋਆਂ ਚੱਲੀ ਰਹੀਆਂ ਤੁਸੀਂ ਦੇਖਣੀ ਹੋਵੇ ਜਾ ਕੇ ਹੁਸ਼ਿਆਰਪੁਰ ਜਾ ਕੇ ਦੇਖ ਸਕਦਾ ਹੋਂ ਕਿਸੇ ਨੂੰ ਜੇ ਗੱਡੀ ਇਹ ਪਸੰਦ ਆਈ ਐ ਕਿਸੇ ਨੇ ਚਲਾ ਕੇ ਦੇਖਣੀ ਐ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਵਧੀਆ ਰੱਖੀ ਆ ਵਧੀਆ ਚੱਲੀ ਆ ਵਧੀਆ ਗੱਡੀਆਂ ਸੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਬਾਕੀ ਤੁਸੀਂ ਨੰਬਰ ਨੋਟ ਕਰਕੇ ਤੇ ਗੱਲ ਕਿਸੇ ਨੇ ਕਰਨੀ ਐ ਕੋਈ ਵੀ ਗੱਲ ਕਰ ਲਿਓ ਤੇ ਮਸ਼ੀਨਰੀਆਂ ਦੀ ਗੱਲ ਹੋ ਰਹੀ ਆ ਜੀ ਅੱਗੇ ਹੋਰ ਵੀ ਗੱਡੀਆਂ ਨੇ ਇੱਕ ਆਪਣੇ ਕੋਲੇ ਆਟੋਮੈਟਿਕ ਗੱਡੀ ਪਹੁੰਚੀ ਆ ਜਮਾ ਨਮੀ ਆ ਬਾਹਰ ਗਈ ਮਾਲਕ ਦੀ ਆ ਉਸ ਗੱਡੀ ਦੀ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਜਿੰਨੇ ਤੋਂ ਤੁਸੀਂ ਦੇਖ ਰਹੇ ਹੋ ਜੀ ਆਪਣਾ ਚੈਨਲ ਜਿਹੜਾ ਤੁਸੀਂ ਦੇਖ ਰਹੇ ਹੋ ਇਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਆਪਦਾ ਆਪਣਾ ਚੈਨਲ ਆ ਆਪਣਾ ਹੀ ਚੈਨਲ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣੀ ਹੈ ਤਾਂ ਜ਼ਰੂਰ ਦਬਾ ਦਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਨੀਚੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਵਧੀਆ ਲੱਗੀ ਵੀਡੀਓ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਜ਼ਰੂਰ ਦਬਾ ਦਿਓ ਬਾਕੀ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਤੁਸੀਂ ਨੋਟ ਕਰਨਾ ਨਾ ਭੁੱਲਿਆ ਕਰੋ ਜੇ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ ਆ ਕੂਠੀਆ ਘਰ ਮਕਾਨ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਜਮਾ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੁਸੀਂ ਭੇਜੋ ਆਪਣੇ ਕੋਲੇ ਐਡ ਆਪਾਂ ਜਲਦੀ ਤੋਂ ਜਲਦੀ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ i20 ਮੈਗਨਾ ਦੇਖ ਰਹੇ ਹੋ 2014 ਮਾਡਲ ਹੈ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਪਈ ਹੈ ਜੋ ਉਹਦਾ ਮਾਡਲ ਹੈ 4 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ। ਕੁਮਾਨ ਮਾਲਕ ਦਾ ਏਰੀਆ ਨਵੇਂ ਟੈਰਾ ਚ ਹੈ। ਗੱਡੀ ਦੀ ਹਾਲਤ ਬਹੁਤ ਚੰਗੀ ਪਈ ਐ। ਕੋਈ ਨੁਕਸ ਨਹੀਂ ਗੱਡੀ ਚ, ਕੋਈ ਡੈਮੇਜ ਨਹੀਂ, ਕੋਈ ਗਲੀ ਸੜੀ ਨਹੀਂ, ਕੋਈ ਐਕਸੀਡੈਂਟਡ ਨਹੀਂ। ਜਾ ਕੇ ਤੁਸੀਂ ਦੇਖਣੀ ਐ ਗੱਡੀ। ਜਾ ਕੇ ਦੇਖ ਸਕਦੇ ਹੋ। ਕੁਮਾਨ ਮਾਲਕ ਦਾ ਏਰੀਆ 4 ਲੱਖ ਰੁਪਿਆ ਡਿਮਾਂਡ ਹੈ ਜੀ। ਮਾਲਕਾ ਬਾਹਰ ਆ ਰਹੇ ਨੇ ਗੱਡੀ ਘਰੇ ਖੜੀ ਐ ਤੇ ਚਲਦੀ ਘਾਟੀ ਐ ਜੀ। ਤਾਂ ਕਰਕੇ ਇਹਨਾਂ ਨੇ ਸੇਲ ਕਰਨੀ ਐ। ਨੰਬਰ ਬਾਹਰ ਲਈ ਆਪਾਂ ਨੂੰ ਮਿਲੂਗਾ। ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਦਾ ਜਿਹੜਾ ਨੰਬਰ ਹੈ WhatsApp ਤੇ ਤੁਸੀਂ ਗੱਲ ਕਰ ਲਿਓ ਕਿਉਂਕਿ ਸਿੱਧਾ ਤਾਂ ਲੱਗਣਾ ਨਹੀਂ ਪਹਿਲਾਂ ਸੇਵ ਕਰ ਲਿਓ WhatsApp ਤੇ ਗੱਲ ਤੁਹਾਡੀ ਹੋ ਜਾਵੇਗੀ 4 ਲੱਖ ਰੁਪਏ ਇੱਕ ਵਾਰੀ ਕਿਹਾ ਇਹਨਾਂ ਨੇ ਉੱਪਰ-ਨੀਚੇ ਬਹਿ ਕੇ ਰੇਟ ਹੋ ਜਾਊਗਾ ਤੇ ਹੁਣ ਆਪਾਂ ਇੱਕ Alto LXI ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਤੇ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਹੈ ਜੀ ਤੇ ਚੰਗੀ ਹਾਲਤ 'ਚ ਹੈ 75000 ਰੁਪਇਆ ਮਾਲਕ ਨੇ ਮੰਗ ਪਾਈ ਹੈ ਸਿਰਫ 75000 ਮੰਗ ਹੈ 11 ਮਾਡਲ ਗੱਡੀ ਹੈ ਮਹਿੰਦਰਗੜ ਮਾਲਕ ਦਾ ਏਰੀਆ ਨਵੇਂ ਟੈਰਾ ਚ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਸਾਰਾ ਕੁਝ ਵਰਕਿੰਗ ਚ ਜਿੰਨੇ ਫੰਕਸ਼ਨ ਹੁੰਦੇ ਸਾਰੇ ਚੱਲਦੇ ਆ ਤੇ ਜਾ ਕੇ ਦੇਖਣੀ ਹੈ ਮਹਿੰਦਰਗੜ ਏਰੀਆ ਚ ਗੱਡੀ ਖੜੀ ਹੈ ਜਾ ਕੇ ਦੇਖ ਲਓ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ 9915976825 ਨੰਬਰ ਤੇ ਗੱਲ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੇ ਕਿਸੇ ਨੂੰ ਗੱਡੀ ਆ ਪਸੰਦ ਆਈ ਹੈ ਜੀ ਬਾਕੀ ਗੱਡੀਆਂ ਦੀ ਗੱਲਬਾਤ ਹੋ ਗਈ ਜੀ ਪੂਰੀ ਆਪਾਂ ਮਸ਼ੀਨਰੀਆਂ ਸਾਰੀਆਂ ਦੇਖ ਲਈਏ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਚਾਹੁੰਦੇ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ ਚਲਦੀ ਆਪਾਂ ਲੈ ਕੇ ਪਹੁੰਚ ਜਾਵਾਂਗੇ